फिर ज्ञानी गुरबचन सिंह ने सरसे वाले साहब नूं बिना मंगिया माफ़ी दे दित्ती कि इन्हां नूं हैगा हक इन्हां नूं इह मनाउण दा। हुण गुरु ग्रंथ साहब दे जिहड़े सरूप इत्थों गायब हो गए ने, ना इह दसदे ने कित्थे आ, कौन लै गया, कित्थे बैठे आ, कि दसदे क्यों नहीं, तां की करना है। हुण मैनूं दस्सो इन्हां नूं हक हैगा इह मनाउण दा। साडा तोशाखाना लुट लिया, सिख रेफरेंस लाइब्रेरी लै गए, साडा खजाना लै गए। सानू अजे तो यह नहीं दस्या कि संत जरनैल सिंह भिंडरांवाले का तीर कित्थे है, उन्हां दा पिस्तौल कित्थे है, उन्हां दे पुरातन सरूप कित्थे है, सतवंत सिंह ते बेअंत सिंह दे पिस्तौल कित्थे है, वर्दी कित्थे है, ते फिर सुखा ते जिंदा जिहड़े उन्हां दा जिहड़ा सारा समान कित्थे है, ते फिर ये केर सिंह होरां दा उन्हां दा कित्थे है, ਉਹਦਾ ਸੰਸਕਾਰ ਕਿੱਥੇ ਆ, ਫੁੱਲ ਕਿੱਥੇ ਪਏ, ਕੌਣ ਕੌਣ ਹਾਜ਼ਰੇ। ਹਜੇ ਤੱਕ ਕਹਿੰਦੇ ਸੀ ਕਿ ਸਿੱਖ ਕੌਮ ਦੇ ਲੀਡਰ ਹੈ, ਨਾ ਪੁੱਛਿਆ ਨਾ ਦੱਸਿਆ, ਫਿਰ ਇਹਨਾਂ ਨੂੰ ਹੱਕ ਹੈਗਾ ਇਹ ਮਨਾਉਣ ਦਾ। ਕੋਈ ਇਨਸੀਫ ਨਹੀਂ, ਇਹਦੂ ਚਾਰ ਚੰਦ ਚੜ੍ਹ ਕੇ ਆਊਗਾ। ਇੱਕ ਪਾਸੇ ਸ਼੍ਰੋਮਣੀ ਕਮੇਟੀ 100 ਸਾਲਾ ਦਿਵਸ ਮਨਾ ਰਹੀ ਹੈ ਅਤੇ ਦੂਸਰੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ 100 ਸਾਲਾ ਦਿਵਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਗਰ ਗੱਲ ਕੀਤੀ ਜਾਵੇ ਸਿੱਖ ਜਥੇਬੰਦੀਆਂ ਦੀ ਤਾਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਲਗਾਤਾਰ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਹਿਸਾਬ ਨਹੀਂ ਦੇ ਪਾ ਰਹੀ, ਜਿਸ ਕਰਕੇ ਉਹ ਇਹਨਾਂ ਦਾ ਵਿਰੋਧ ਕਰ ਰਹੇ ਹਨ। ਸਿੱਖ ਜਥੇਬੰਦੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ 100 ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਵੱਲੋਂ SGCP ਦਾ ਇਤਿਹਾਸ ਖਤਮ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਚੋਣਾਂ ਵਿੱਚ ਵੀ ਇਹਨਾਂ ਨੂੰ ਹਰਾ ਕੇ ਖੁਦ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਹੋਵੇਗਾ, ਅਤੇ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਚੋਣਾਂ ਵਿੱਚ ਹਰਾ ਕੇ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਉੱਥੇ ਉਹਨਾਂ ਨੇ ਕਿਹਾ ਕਿ ਸਰੂਪਾਂ ਦਾ ਹਿਸਾਬ ਹਾਲੇ ਤੱਕ ਸ਼੍ਰੋਮਣੀ ਕਮੇਟੀ ਨਹੀਂ ਦੇ ਪਾਈ, ਜਿਸ ਕਰਕੇ ਹੁਣ ਉਹ ਪਿੰਡ ਵਿੱਚ ਜਾ ਕੇ ਲੋਕਾਂ ਦੇ ਜੋ ਗੁਰਦੁਆਰੇ ਬਣੇ ਹੋਏ ਹਨ ਉੱਥੇ ਗੁਰਦੁਆਰੇ ਸਾਹਿਬ ਦਾ ਹਿਸਾਬ ਹੈ ਜੋ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਭ ਤੋਂ ਹੀ ਨਖਿੱਧ ਪ੍ਰਧਾਨ ਅੱਜ ਤੱਕ ਦੇ ਨਿਯੁਕਤ ਕੀਤੇ ਗਏ ਨੇ, ਅਤੇ ਇਸ ਤੋਂ ਮਾੜਾ ਪ੍ਰਧਾਨ ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਨਹੀਂ ਰਿਹਾ। ਇਹ ਜਾਣਕਾਰੀ ਵੀ ਸਿੱਖ ਸੰਗਤਾਂ ਵੱਲੋਂ ਹੀ ਦਿੱਤੀ ਗਈ। ਹਾਂਜੀ ਕਾਨ ਸਿੰਘ ਵਾਲਾ ਜੀ, ਅੱਜ ਦੇ ਪ੍ਰੋਗਰਾਮ ਬਾਰੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ਤੇ ਉਹਦੀ ਪੁਸ਼ਤ ਪਨਾਈ ਹੇਠ ਅੱਜ 100 ਸਾਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਆਈ ਆ, ਪਹਿਲੀ ਸ਼ਤਾਬਦੀ ਮਨਾਈ ਜਾ ਰਹੀ ਆ ਮੰਜੀ ਸਾਲ ਦੀਵਾਨ ਹਾਲ ਵਿਖੇ। ਅੱਜ ਉਹ ਬੰਦੇ ਮਨਾ ਰਹੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਧਾਂਤ ਦੇ ਨਾਲ ਕੋਈ ਤਾਲਮੇਲ ਨਹੀਂ। ਅੱਜ ਉਹ ਬੰਦੇ ਮਨਾ ਰਹੇ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਢਾਉਣ ਦੇ ਵਿੱਚ ਕਾਂਗਰਸ BJP RSS ਅਤੇ ਅਡਵਾਨੀ ਨਾਲ ਮਿਲ ਕੇ ਸੋਦਾ ਸਾਥ ਦਿੱਤਾ ਅਤੇ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਨੇ। ਅੱਜ ਉਹ ਮਨਾ ਰਹੇ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਲਟਾਏ ਨੇ, ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕੀਤੀਆਂ, ਸਾਡੇ ਨੌਜਵਾਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਅਤੇ ਕਰਵਾਇਆ, ਅਤੇ ਜਥੇਦਾਰ ਕੌਂਕਾ ਜਿਹੜਾ ਮੇਰੇ ਸਾਹਮਣੇ ਬੇਅੰਤ ਸਿੰਘ ਚੀਫ ਮਿਨਿਸਟਰ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀਗਾ, ਉਹਨਾਂ ਦੇ ਸਾਰੇ ਵਾਰਸ ਇਹ ਜਿਹੜਾ ਸਾਰਾ ਕੁਛ ਮਨਾ ਰਹੇ ਨੇ। ਅੱਜ ਮਨਾ ਰਹੇ ਨੇ ਭਾਈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹ ਮਨਾ ਰਹੇ ਨੇ, ਬੇਅਦਬੀ ਕਰਾਈ ਹੈ। ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ, ਪਹਿਲਾਂ ਕਹਿੰਦੇ 267 ਗਏ, ਫਿਰ ਨਹੀਂ ਪਤਾ, ਫਿਰ ਕਹਿੰਦੇ 328 ਗਏ, ਫਿਰ ਨਹੀਂ ਪਤਾ, ਫਿਰ ਕਹਿੰਦੇ 453, ਫਿਰ ਨਹੀਂ ਪਤਾ, 450 ਸਰੂਪ ਇੱਥੋਂ ਚਲੇ ਗਏ ਨੇ, ਕਿੱਥੇ ਚਲੇ ਗਏ ਨੇ, ਕੈਨੇਡਾ ਨੂੰ, ਅਤੇ ਫਿਰ ਉੱਥੇ ਜਾ ਕੇ ਸੁਖਬੀਰ ਨੇ ਜਾਣਾ ਸੀ, ਲੋਕਡਾਊਨ ਹੋ ਗਿਆ ਅਤੇ ਗੁਰੂ ਸਾਹਿਬ ਛੱਡ ਕੇ ਭੱਜ ਗਏ, ਅਤੇ ਗੁਰੂ ਸਾਹਿਬ ਦਾ ਅਪਮਾਨ ਹੋ ਗਿਆ, ਉਹ ਭਿੱਜ ਗਏ। ਅੱਜ ਉਹ ਬੰਦੇ ਮਨਾ ਰਹੇ ਹੈ, ਮੈਨੂੰ ਅੱਜ ਜਵਾਬ ਦਿਓ ਅਖਲਾਕੀ ਤੌਰ 'ਤੇ। 1947 'ਚ ਸਿੱਖ ਕੌਮ ਨੂੰ ਆਪਣਾ ਘਰ ਮਿਲ ਗਿਆ, ਹਿੰਦੂ ਕੌਮ ਨੂੰ ਆਪਣਾ ਘਰ ਹਿੰਦੁਸਤਾਨ ਮਿਲ ਗਿਆ, ਅਤੇ ਮੁਸਲਮਾਨ ਕੌਮ ਨੂੰ ਆਪਣਾ ਘਰ ਪਾਕਿਸਤਾਨ ਮਿਲ ਗਿਆ। ਸਿੱਖ ਕੌਮ ਜਿਹੜੀ ਆਜ਼ਾਦ ਬਾਦਸ਼ਾਹੀ ਦੀ ਮਾਲਕ ਸੀ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਪਹਿਲਾਂ ਰਾਜ ਕੀਤਾ, ਸਾਨੂੰ ਸਾਰਿਆਂ ਨੂੰ ਜ਼ਮੀਨਾਂ ਮਜਾਰੇ ਸੀ, ਹਿੰਦੂ ਮੁਸਲਮਾਨ ਮਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ, ਫਿਰ ਬਘੇਲ ਸਿੰਘ ਦਾ, ਫਿਰ ਮਹਾਰਾਜਾ ਰਣਜੀਤ ਸਿੰਘ ਦਾ, ਉਹਨੂੰ ਫਾਂਸੀ ਲੱਗਦੀ ਜਿਹੜਾ ਬੀਬੀ ਦੀ ਜਿੱਤੋਂ ਹੱਥ ਪਾਉਂਦਾ ਸੀ, ਸਾਡਾ ਰਾਜ ਨਹੀਂ ਮਿਲਿਆ। ਰਾਜ ਤੋਂ ਬਾਅਦ ਜਿਹੜਾ ਵੱਲਭ ਭਾਈ ਪਟੇਲ ਹੈ, ਉਹਨੇ ਸਾਡੇ ਸਿੱਖ ਕੌਮ ਨੂੰ ਕਿਹਾ ਜਰੈਮ ਪੇਸ਼ਾ ਕੌਮ, ਚੋਰਾਂ ਤੋੜਾਂ
चोरां ताड़वीआं ठगां दी कौम उहदा बुत ते 3300 करोड़ रुपया लाया ते बादल ने की भेजा तांबा भेजा हुण जे उहने बादल ने तांबा भेजा उत्थे उहनूं मनाउण दा हक है जी। फिर उस तों बाद साडा आनंद मैरिज एक्ट 1909 वाला चला गया, प्रकाश सिंह बादल मैंबर पार्लीमेंट रहे है, चीफ मिनिस्टर 5 वारी रहे है, उन्होंने 1 वारी आवाज़ नहीं उठाई कि इन्हों हक हैगा। साडा तोशाखाना लुट लिया, सिख रेफरेंस लाइब्रेरी लै गए, साडा खजाना लै गए, सानू अजे तो यह नहीं दस्या कि संत जरनैल सिंह भिंडरांवाले का तीर कित्थे है, उन्हां दा पिस्तौल कित्थे है, उन्हां दे पुरातन सरूप कित्थे है, सतवंत सिंह ते बेअंत सिंह दे पिस्तौल कित्थे है, वर्दी कित्थे है, ते फिर सुखा ते जिंदा जिहड़े उन्हां दा जिहड़ा सारा समान कित्थे है, ते फिर ਇਹ ਕੇਰ ਸਿੰਘ ਹੋਰਾਂ ਦਾ ਉਹਨਾਂ ਦਾ ਕਿੱਥੇ ਆ, ਉਹਦਾ ਸੰਸਕਾਰ ਕਿੱਥੇ ਆ, ਫੁੱਲ ਕਿੱਥੇ ਪਏ, ਕੌਣ ਕੌਣ ਹਾਜ਼ਰੇ, ਹਜੇ ਤੱਕ ਕਹਿੰਦੇ ਸੀ ਇੱਕ ਸਿੱਖ ਕੌਮ ਦੇ ਲੀਡਰ ਹੈ, ਨਾ ਪੁੱਛਿਆ ਨਾ ਦੱਸਿਆ, ਫਿਰ ਇਹਨਾਂ ਨੂੰ ਹੱਕ ਹੈਗਾ ਇਹ ਮਨਾਉਣ ਦਾ। ਫਿਰ ਦੂਜੇ ਪਾਸੇ ਇਹਨਾਂ ਨੇ ਸਾਡੇ ਪੰਜਾਬ ਦੇ ਪਾਣੀ ਲਟਾਲੇ, ਹੱਡਵਰਸ ਕਲਟਾਲੇ, ਇਹਨਾਂ ਨੂੰ ਹੱਕ ਹੈਗਾ ਇਹਨਾਂ ਮਨਾਉਣ ਦਾ। ਫਿਰ ਮੈਂ ਇਹਨੂੰ ਇਹ ਪੁੱਛਣਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ 1 ਜੂਨ 2015 ਨੂੰ, ਨਾ ਜੋਰਾ ਸਿੰਘ ਕਮਿਸ਼ਨ ਨੇ ਕੀਤਾ, ਨਾ CBI ਨੇ ਕਿੱਛਾ, ਅਤੇ 2 ਸਿੰਘ ਸ਼ਹੀਦ ਹੋ ਗਏ, ਅਤੇ ਸਰਸੇ ਵਾਲੇ ਸਾਹਿਬ ਦੀ ਫੋਟੋ ਦੀ ਰਾਖੀ ਕਰਦੇ ਰਹੇ, ਅਤੇ ਪੁਸ਼ਾਕ ਪਾ ਕੇ ਜਦੋਂ ਨਿਕਲ ਗਿਆ ਉਹਦੀ ਰਾਖੀ ਪ੍ਰਕਾਸ਼ ਸਿੰਘ ਬਾਦਲ ਕਰਦਾ ਰਿਹਾ, ਜਿਹੜੇ ਸਰਸੇ ਵਾਲੇ ਸਾਹਿਬ ਦੇ ਚੇਲੇ ਆ। ਫਿਰ ਉਹਨਾਂ ਨੂੰ ਸਰਸੇ ਵਾਲੇ ਸਾਹਿਬ ਨੂੰ ਮਨਾਉਣ ਨੂੰ ਹੱਕ ਹੈਗਾ। ਫਿਰ ਗਿਆਨੀ ਗੁਰਬਚਨ ਸਿੰਘ ਨੇ ਸਰਸੇ ਵਾਲੇ ਸਾਹਿਬ ਨੂੰ ਬਿਨਾਂ ਮੰਗਿਆ ਮਾਫੀ ਦੇ ਦਿੱਤੀ ਕਿ ਇਹਨਾਂ ਨੂੰ ਹੈਗਾ ਹੱਕ ਇਹਨਾਂ ਨੂੰ ਇਹ ਮਨਾਉਣ ਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਇੱਥੋਂ ਗਾਇਬ ਹੋ ਗਏ ਨੇ, ਨਾ ਇਹ ਦੱਸਦੇ ਨੇ ਕਿੱਥੇ ਆ, ਕੌਣ ਲੈ ਗਿਆ, ਕਿੱਥੇ ਬੈਠੇ ਆ, ਕਿ ਦੱਸਦੇ ਕਿਉਂ ਨਹੀਂ, ਇਹਦਾ ਕੀ ਕਾਰਨ ਹੈ। ਹੁਣ ਮੈਨੂੰ ਦੱਸੋ ਇਹਨਾਂ ਨੂੰ ਹੱਕ ਹੈਗਾ ਇਹ ਮਨਾਉਣ ਦਾ। ਇਹ ਪਤਾ ਕੌਣ ਮਨਾ ਰਹੇ ਨੇ, ਇੱਥੇ ਬੰਦੇ ਜਿਹੜੇ ਮਨਾ ਰਹੇ ਨੇ ਬਲਾਤਕਾਰੀ ਹੈ, ਬਲਾਤਕਾਰੀ ਆਇਆ ਇੱਥੇ, ਕੌਣ ਆਇਆ, ਇੱਕ ਤਾਂ ਬਲਾਤਕਾਰੀ ਸੁੱਚਾ ਸਿੰਘ ਲੰਘਾ ਦੀ ਟੀਮ ਆਈ ਆ ਉਹ ਮਨਾ ਰਹੇ ਆ, ਫਿਰ ਇੱਥੇ ਕੁੜੀ ਮਾਰਦੇ ਨੜੀ ਮਾਰ ਰਹੇ ਨੇ, ਬੀਬੀ ਜੰਗੀਰ ਕੌਰ ਆਈ ਆ ਉਹ ਮਨਾ ਰਹੇ ਨੇ, ਦੂਜੇ ਪਾਸੇ ਕਰਪਸ਼ਨ ਕਰਨ ਵਾਲੇ ਆ ਰਹੇ ਨੇ, ਕਰਪਸ਼ਨ ਕਿਹਨੇ ਕੀਤੀ ਆ, ਕਰਪਸ਼ਨ ਜਥੇਦਾਰ ਤੋਤਾ ਸਿੰਘ ਨੇ ਕਰਪਸ਼ਨ ਕੀਤੀ ਆ, ਅਤੇ ਫਿਰ ਉਹ ਸਬਸਿਡੀਆਂ ਵੀ ਖਾ ਗਿਆ, ਦਵਾਈਆਂ ਵੀ ਖਾ ਗਿਆ, ਅਤੇ ਫਿਰ ਜਦੋਂ ਖੇਤੀਬਾੜੀ ਮੰਤਰੀ ਸੀਗਾ ਉਦੋਂ ਫਿਰ ਝੋਨਾ ਸਸਤਾ ਵੇਚ ਕੇ ਮੰਡੀਆਂ 'ਚ ਰੱਖ ਕੇ ਉਹ ਪੈਸੇ ਖਾ ਗਿਆ, ਉਹ ਭ੍ਰਿਸ਼ਟਾਚਾਰ ਵਾਲੇ ਮਨਾ ਰਹੇ ਨੇ। ਫਿਰ ਮੈਨੂੰ ਤੁਸੀਂ ਦੱਸੋ ਇਸ ਤੋਂ ਇਲਾਵਾ ਕੌਣ ਮਨਾ ਰਹੇ ਨੇ, ਉੱਥੋਂ ਮਨਾ ਰਹੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਬੋਲੇ ਹੀ ਨਹੀਂ, ਫਿਰ ਉਹ ਮਨਾ ਰਹੇ ਨੇ, ਅਤੇ ਫਿਰ ਉਹਦੇ ਵਿੱਚ ਕੌਣ ਮਨਾ ਰਹੇ ਨੇ, ਦੀ ਬੱਸਾਂ ਸ਼੍ਰੋਮਣੀ ਕਮੇਟੀ ਦੀਆਂ ਆਈਆਂ, ਸਕੂਲਾਂ ਦਾ ਸਟਾਫ ਉਹ ਮਨਾ ਰਿਹਾ, ਬੱਸਾਂ ਦੇ ਵਿੱਚ ਨੂਰ ਮਹਿਲੀਏ ਦੇ ਬੰਦੇ ਵਿੱਚ ਬੈਠੇ ਆ, ਮੈਂ ਦੱਸ ਦੂੰ ਨੂਰ ਮਹਿਲੀ ਚੋਂ ਕਿੰਨੇ ਆਏ ਆ, ਮੈਂ ਸਿਰਸੇ ਵਾਲੇ ਸਾਧ ਦੇ ਜਿਹੜੇ ਚੇਲੇ ਆ ਉਹ ਬੱਸਾਂ ਦੇ ਵਿੱਚ ਆਏ ਨੇ, ਭਨਿਆਰੇ ਵਾਲਿਆਂ ਦੇ ਚੇਲੇ ਉਹਨਾਂ ਦੇ ਵਿੱਚ ਬੈਠ ਕੇ ਆਏ ਨੇ, ਮੈਨੂੰ ਦੱਸੋ ਸਿੱਖ ਤਾਂ ਕੋਈ ਆਇਆ ਹੀ ਨਹੀਂਗਾ, ਜਕਾਰਾ ਕਿਸੇ ਸਿੱਖ ਦੇ ਮੂੰਹ 'ਚ ਹੈਗਾ ਸੀ ਦੱਸੋ। ਫਿਰ ਉਹ ਕਿਹਦੇ ਚਲੇ ਆਏ ਆ, ਬੀਬੀਆਂ ਕਿਹੜੀਆਂ, ਬੀਬੀਆਂ ਸਾਡੀਆਂ ਮੁਲਾਜ਼ਮ ਹੈ, ਹੁਣ ਵੀ ਦੁਰੋ ਵਰਤੋਂ ਕਰਤੀ ਆ, ਅਤੇ ਫਿਰ ਉਹ ਮਨਾ ਰਹੇ ਨੇ। ਫਿਰ ਮੈਨੂੰ ਇਹ ਦੱਸੋ ਜਿਹੜੇ ਬੰਦਿਆਂ ਨੇ ਜਿਹੜਾ ਵੱਲਾ ਕਾਲਜ ਹੈ ਉਹਦੇ 'ਤੇ ਕਬਜ਼ਾ ਕਰ ਲਿਆ ਹੋਵੇ, ਜਿਹੜਾ ਮਜੀਠੀਆ ਪਰਿਵਾਰ ਨੇ ਸਾਡੇ ਕਾਲਜ 'ਤੇ ਕਬਜ਼ਾ ਕਰ ਲਿਆ ਹੋਵੇ ਖਾਲਸੇ 'ਤੇ, ਅਤੇ ਫਿਰ ਦੂਜੇ ਪਾਸੇ ਸ਼ਾਹਬਾਦ ਮਾਰਕੰਡਾ ਦਾ ਜਿਹੜਾ ਕਾਲਜ ਹੈ ਉਹਦੇ 'ਤੇ ਕਬਜ਼ਾ ਜੇ ਕਰ ਲਿਆ ਹੋਵੇ ਸੁਖਬੀਰ ਬਾਦਲ ਨੇ, ਸਾਡੀ ਯੂਨੀਵਰਸਿਟੀ ਆ ਉਹਦੇ 'ਤੇ ਟਰੱਸਟ ਬਣ ਕੇ ਕਬਜ਼ਾ ਕਰ ਲਿਆ ਹੋਵੇ, ਜਿਹੜੀਆਂ ਸ਼੍ਰੋਮਣੀ ਕਮੇਟੀ ਜ਼ਮੀਨਾਂ ਜਾਇਦਾਦਾਂ ਉਹਦੇ ਕਬਜ਼ਾ ਕਰ ਲਿਆ ਹੋਵੇ, ਇਹ ਕਬਜ਼ਾ ਕਰਨ ਵਾਲਿਆਂ ਨੂੰ ਮਨਾਉਣ ਦਾ ਹੱਕ ਹੈ ਬਈ। ਅਤੇ ਫਿਰ ਦੱਸੋ ਇਹ ਸਾਰਾ ਇਹਨਾਂ ਨੂੰ ਮਨਾਉਣ, ਜਿਹੜਾ ਕਿਸਾਨਾਂ ਦੇ ਵਿਰੁੱਧ ਆਰਡੀਨੈਂਸ ਜਾਰੀ ਕਰਤੇ, ਅਤੇ ਪਹਿਲਾਂ ਮੋਦੀ ਨਾਲ ਰਲ ਗਏ, ਫਿਰ ਕਹਿੰਦੇ ਕਿਸਾਨ ਮਾੜੇ ਹੈ, ਫਿਰ ਡਰਾਮਾ ਕਰਤਾ, ਹੁਣ ਤੁਸੀਂ ਕਿਸਾਨ ਜਿਹੜਾ ਬੰਦਾ ਕਿਸਾਨਾਂ ਦਾ ਵਿਰੋਧੀ ਹੋਵੇ, ਮਜ਼ਦੂਰਾਂ ਦਾ ਵਿਰੋਧੀ ਹੋਵੇ, ਇਹਨਾਂ ਨੇ ਜਾਤ ਪਾਤ ਦੇ ਵਿਰੋਧੀ ਆ, ਇੱਥੇ ਬਾਬਾ ਜੀਵਨ ਸਿੰਘ ਦਾ ਜਿਹੜਾ ਬੁੰਗਾ ਸੀਗਾ ਉਹ ਢਹਿ ਗਿਆ, ਉਹ ਲਾਇਆ ਨਹੀਂ ਅਜੇ ਤੱਕ, ਦੱਸੋ ਜੀ ਜਿਹੜਾ ਉਹਨਾਂ ਨੇ ਲਾਇਆ ਨਹੀਂਗਾ ਉਹਨਾਂ ਦੇ ਵਿਰੋਧੀ ਮਨਾ ਸਕਦੇ ਆ ਜੀ। ਇਸ ਕਰਕੇ ਮੈਂ ਕਹਿਣਾ ਵੀ ਆਹ ਜਿਹੜੇ ਸਿੱਖ ਆਏ ਆ ਪਤਾ ਨਹੀਂ ਕਿਉਂ ਆਏ ਆ, ਪਤਾ ਨਹੀਂ ਕਿਹੜੀ ਦੁਨੀਆਂ 'ਚ ਵੱਸਦੇ ਆ, ਅੱਜ ਇਤਿਹਾਸ 'ਚ ਇਹ ਜਿੰਨੇ ਅੱਜ ਬਾਦਲ ਦੀਆਂ ਬੱਸਾਂ ਚੜ ਕੇ ਆਏ ਆ ਨਾ, ਇਹ ਸਾਰੇ ਬੰਦੇ ਨੇ ਆਪਣਾ ਇਤਿਹਾਸ ਕਲੰਕਿਤ ਕਰ ਰਿਹਾ ਕਾਲੇ ਅੱਖਾਂ 'ਚ। ਇਹ ਪਤਾ ਕਿਹੋ ਜਿਹਾ ਪ੍ਰੋਗਰਾਮ ਹੈ, ਜਿਸ ਤੱਕ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਨਾ ਜਨਰਲ ਬਰਾੜ ਨੇ, ਸੋਵੀਅਤ ਰੂਸ ਕਾਮਰੇਡਾਂ ਨੇ ਕੀਤਾ ਸੀ, ਕਾਮਰੇਡੀ ਸੋਚ ਨੇ ਦਰਬਾਰ ਸਾਹਿਬ ਢਾਇਆ, ਇਨਕਲਾਬ ਜਿੰਦਾਬਾਦ ਵਾਲਿਆਂ ਨੇ ਦਰਬਾਰ ਸਾਹਿਬ ਢਾਇਆ, ਉਹ ਦੋਸ਼ੀ ਆ। ਬਰਨਾਲੇ ਨੇ ਬੈਕ ਥੰਡਰ ਕੀਤਾ ਸੀ, ਉਹਨੇ ਮਾਫੀ ਮੰਗ ਲਈ, ਉਹ ਦੋਸ਼ੀ ਆ। ਅੱਜ ਵੀ ਇਹ ਸਿੱਖਾਂ ਦੇ ਲਈ 100 ਸਾਲਾਂ ਤਾਂ ਚੰਗਾ ਦਿਨ ਹੈ, ਪਰ ਜਿਹੜੇ ਮਨਾ ਉਹ ਬੰਦੇ ਰਹੇ ਆ, ਅਤੇ ਇਹ ਵੀ ਇਦੋਂ ਮਾੜਾ ਦਿਨ ਨਹੀਂ ਹੋ ਸਕਦਾ ਇਤਿਹਾਸ ਦੇ ਵਿੱਚ, ਅੱਜ ਨਰਿੰਦਰ ਮਹੰਤ ਦੇ ਚੇਲੇ ਬਣਾ ਕੇ, ਅਤੇ ਜਿਹੜੇ ਜਿਹੜੇ ਪਰਿਵਾਰ ਆਏ ਆ, ਬੀਬੀਆਂ ਆਈਆਂ, ਉਹਨਾਂ ਨੇ ਇਤਿਹਾਸ 'ਚ ਕਾਲੇ ਅੱਖਰਾਂ 'ਚ ਲਿਖਾ ਲਿਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਕਹੇ ਮੰਜੀ ਸਾਲ ਦੀਵਾਨ ਛਾਇਆ। ਅਤੇ ਹੁਣ ਭਾਈ
हरप्रीत की बिल्ली थैलों बहर आ गई, हुण बोलदा नहीं, चुप क्यों बैठा भी? सच बोले क्योंकि उन्हूं डर है। जथेदार भी प्रकाश सिंह बादल दे लिफाफे चों ते फिर SGPC का प्रधान भी लिफाफे चों, हुण 27 तरीक नूं निकलना है, लिफाफे चों निकलूगा। हुण जां तां पता किहड़ा कढणगे, तोता कढणगे जिहड़ा अंबियां टुकदा रहिंदा है, जां कुड़ी मार दे नड़ी मार कढणगे फिर। ते मैता नूं नहीं निकलदा हुण, मैता तां गुरु की बेअदबी च फसया पिया। ते फिर होर किहड़ा कढणगे, जां कौंस नूं कढणगे, मंत नूं तो कोई माड़ा लग जाऊगा, तो माड़ा सब तो जिहड़ा माड़ा होगा वह कढणगे, जिहड़ा RSS नूं पसंद होगा वह प्रधान बनूगा, जिहड़ा RSS नूं पसंद होगा, नागपुर नूं पसंद होगा, क्योंकि हुक्म इत्थों चलने जारी कराने हैं ना, इत्थे जिहड़ा कब्जा जिहड़ा कीता है। सो अज दा इह सरदार सिमरजीत सिंह मान दे दिशा निर्देशों ते असीं इह प्रोटेस्ट ते विरोध किया। तो मैं सिख कौम नूं अपील करदा कि भाई तैयार हो जाओ, ये मंतां नूं कढो, सिख पार्लीमेंट की जदों चोण आवे ना, इन्हां नूं चलदे कर दिओ, घर घर पहुँचो, पिंड पिंड पहुँचो, महल्ले महल्ले पहुँचो, नरेणू मंत के चेलियां नूं कढ दो। जे पंथ ते कौम नूं बचाउणा, इस वेले किहनूं बचाउण दी लोड़ है? पंथ पंजाब पानी पुत पढ़ाई ते पत नूं बचाउण दी लोड़ है। जे सारा बच गया ना, सत्त चीज़ां सत्त पप्पे जे बचाले, पंथ ते पंजाब बजू। मैं हिंदू वीरां नूं मुसलमान सिख वीरां नूं अपील कर देंगे, भाई बच जाओ, हुण सारे मसलां दे इक्को हल है। जिन्ना चिर सिख कौम नूं अपना घर आजाद सिख राज नहीं मिलता, खालसा नहीं मिलता, अपना घर नहीं मिलता, उन्हां चिर गल नहीं बननी। तो इसे नूं बार्डर खिलाउण दे लई असीं एक रैली कर रहे हैं, तो 27 तरीक नूं इत्थे बहुत वड्डा प्रोटेस्ट होगा, इसे तरीके पूरा वड्डा होगा, इहदा विरोध करांगे। 100 साल हो गया SGPC नूं, SGPC कैसे माड़ी हो सकदी? अकाली दल दा इतिहास भी कुरबानियां भरपूर आ, SGPC दा इतिहास भी कुरबानियां भरपूर आ, फिर 100 साल मनाउण च दिक्कत क्यों? 100 साल मनाउण च तां दिक्कत कोई है ही नहीं, असीं तां मना ही रहे हैं ना, असीं वेखो असल बंदे बाहर खड़ के मना रहे हैं, वो अंदर नरेणू मंत दे काबज आ। श्रोमणी गुरुद्वारा प्रबंधक कमेटी नहीं माड़ी है, उहदे उत्ते जिहड़े बंदे बैठे आ उह नरेणू मंत दे चेले बैठे आ, नागपुरी सोच दे बैठे, इस करके ओ बना रहे अज्ज। अज्ज समझ लो मोदी ते भागवती मना रहा, होर नहीं कोई मना रहा। लत्ता तोड़ी गई है तुसी लिता जी, की लगदा कि वधिया उपराला जिहड़ा ना, मतलब कीते गए ना, वधिया प्रधानगी की निभाई गई है ना जी? क्यों लगदा तुहानूं बदला क्यों जाऊगा लोंगोवाल साहब? तुसी अज्ज इतिहास दे विच सब तो माड़ा प्रधान है, तो फिर बदला पता क्यों जाऊगा? उन्हें अज्ज कुछ तो श्रोमणी कमेटी च घुंड कढ़दे बंदे, क्योंकि पिछले वारी 50 ही बंदे आए आ इजलास च, हुण पता है क्यों वारी वारी बदलदे आ? प्रकाश सिंह बादल हुण एक ग्रोह बना रहा, पहला ग्रोह का मालक सी बीबी जगीर कौर, दूजे जिन्हें साडा दफ्तर ढाता इत्थे 6 जून मनाउण नहीं दिंदे सी, पहली भज के सब तो पहला अरदास मैं शामिल होया, मान साहब नूं फड़ के लै गए सी, ते मैं शामिल होया, ते होर साडे 11 सिंह शामिल होके मनाया सी। ते एक तां तैयार कर ली बीबी जगीर कौर, तैयार कर ली, दूजा टोला तैयार कर गया लौंगोवाल साहब, तैयार कर लिया, मक्कड़ साहब चले गए ने, तीजा टोला हुण कौन तैयार करूगा? वह तैयार करूगा जां तां बीबी जगीर कौर नूं फिर टोले का मैंबर बनाऊगा, जां तोता नूं बनाऊगा, फिर ये 4-5 टोले इहो जिहे तैयार करूगा जिहड़े प्रकाश सिंह बादल की पुश्त पनाई करन, सिख कौम की ना करन। ये अपना एक ग्रोह बना रहा। होर लौंगोवाल साहब की कड़ी कमी है जिहड़ा दोबारा प्रधानगी नहीं मिल सकदी, तुहानूं की लगदा? लौंगोवाल सारे जहान नूं पता जी, ओह ये क्यों नहीं दसदा लौंगोवाल साहब भी गुरु ग्रंथ साहब कित्थों होया गैब जी? ये श्रोमणी गुरुद्वारा प्रबंधक कमेटी है, इन्होंने सिखी का प्रबंध करना होना, सिखी के बारे दसना होंदा भी जात पात चों किवें कढ़ना, दूजी कौम नूं किवें संभालना, घोड़सवारी किवें करनी, तीर नजाजी किवें करनी, मीरी पीरी किवें करनी, तो मानवतावादी संदेश किवें देना, तो गुरु ग्रंथ साहिब का सुभाव किवें फैलाउणा, तो फिर साडे गुरु दी गोलक जिहड़ा गरीब का मूंह किवें बनाउणा, ये सारा सिद्धांत दसना होंदा। श्रोमणी कमेटी का मैंबर ना तो वट्टा पाउण लई हुंदा, ना परचे दर्ज कराउण लई चुणिया जांदा है, ते ना कोई ग्रांटा दे लई ओह चुणिया जांदा प्रबंध लई। ते फिर लौंगोवाल साहब नूं तां इह नहीं पता जे साडे गुरु साहब कित्थे ने, पता जी ना गुरु पता कौन लै गया की लै गया। ते अज लगातार असीं मोर्चा लाया लौंगोवाल, कितने किन्ने चिर तों भाई, लगातार 60 दिन तो लाया, ये बंदे ने 60 दिन तो नहीं रखिया, बोले नहीं। तुसीं दसो मेरा बापू गुम हो जाए, जे मेरा बापू गुम हो जाए मैं भालदा फिरदा मेरा बापू कित्थे आ, जां मैं मेरी भैन कोले पुछूं रुस के तां नहीं चला गया, पिंड च पुछूं मेरा बापू कित्थे आ, ते जे ना बापू लभे ते फिर पता मैं की कहूँगा, नहर ते लभूंगा,
कि बापू नहर चा नहीं छाल मार गया, जे कि बादल वर्गा इंटरनेशनल बापू मर जाए कि सारी नहर बंद हो जाती है कि बापू लभदे फिरते हैं, तो जे मेरे वर्गे सधारण बापू नहर से बैठ जाने एक पुल से दूजे पुल से बापू ला उन्ना चर नहीं नहर चली जिन्ना चर बापू, हूँ साडा बापू गुरु ग्रंथ साहब गुम हो गया है, इन्होंने कर लिया ना लौंगोल बोलता ना अंतरिंग कमेटी बोलती है ना एच जी पी सी के मैंबर बोलते हैं ना अहदेदार बोलते ना बादल बोलता ना मजिठा बोलता सारे बोलते क्यों नहीं बोलते कि गुरु साहब नागपुर चले गए हैं, गुरु साहब आशुतोष के चले गए ने 50 साल बाद चेंज करके जो असं मर गए तो तब्दीली लाएंगे, हुण मान लो जे गुरु साहब कितने गए आ हुण एक साडा पिंड कान सिंह वाला मेरे कान सिंह वाले पिंड के नाल छिनी वाला पिंड है उत्थे ने बंदे भेजे पता गुरु साहब खा दे भी तुसीं कह दिओ भी कित्थे आ उह कहिंदा बाहर रहो, हुण ना हरेक पिंड 12,000 13,000 ते 600 पिंड है 13,000 600 पिंड च इन्हां ने सारे पिंड जा रहे हैं तो कोई पिंड मन्निया नहीं गा है भी साढ़े तुहाडा गुरु आया कहिंदे लिख के दे दो कि ये गुरु है वो गिनती जो पूरी करन च लगे हुए है, पर मैं कहना जे तुसीं लिख के तैयार भी लैंदी ना असीं पिंड पिंड जावांगे कमेटी नूं घेरांगे तुहाडा भी पर्दाफाश करांगे जे जाली बनाया तां ये असीं बड़ी निगाह रखी हुई है तुसीं कर दो गिनती वो पिंडां दा वेरवा लावांगे किहड़े पिंड च गए है वो फिर असीं पिंड कोले जावांगे गुरद्वारे जावांगे वीडियो बनावांगे काल चन्नू नूं लैके जावांगे तो फिर असीं दस्सांगे कित्थे है, इस करके किसी बंद ने हजे तो 12,000 पिंड चो ये नहीं दस्या कि साडे कोले हैगे है तो एडे शर्म ना मर जाना चाहिए, कोई नसीब नहीं एदू एदू चार चंद चढ़ के आऊगा लगता 27 तरीक न सारिया सिख जथेबंदियां इकट्ठिया होकर प्रोटेस्ट करनगियां जी क्योंकि वडाला जी अपना वखरा मोर्चा ला के बैठे हुए ने सारे वखरे वखरे चले फिरदे कोई नहीं असीं सारयां नूं कहने आके करना चाहिए सारयां प्राइम मुद्दे लई अमृतसर तो मुकेश मेहरा की रिपोर्ट।